ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਬਠਿੰਡਾ ਦੇ ਨਗਰ ਨਿਗਮ ਦੇ ਬਾਹਰ ਲੋਕਾਂ ਵੱਲੋਂ ਦਿੱਤਾ ਗਿਆ ਧਰਨਾ। ਸਾਬਕਾ ਵਿਧਾਇਕ ਸਰੂਪਜਾ ਸਿੰਗਲਾ ਵੱਲੋਂ ਕੀਤੀ ਇਹਦੇ ਵਿੱਚ ਸ਼ਮੂਲੀਅਤ। ਮਾਮਲਾ ਵੀਰਵਾਰ ਨੂੰ 11 ਵਜੇ ਲਗਭਗ ਦਾ ਬਠਿੰਡਾ ਨਗਰ ਨਿਗਮ ਦੇ ਬਾਹਰ ਬਠਿੰਡਾ ਦੇ ਸੰਜੇ ਨਗਰ, ਅਮਰਪੁਰਾ ਬਸਤੀ ਅਤੇ ਹੋਰ ਬਸਤੀਆਂ ਦੇ ਲੋਕ ਇਕੱਠੇ ਹੋਏ। ਉਹਨਾਂ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਸੀਵਰ ਦੀ ਸਮੱਸਿਆ ਚੱਲ ਰਹੀ ਹੈ, ਲੇਕਿਨ ਇੱਥੇ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਇਸ ਨੂੰ ਲੈ ਕੇ। ਤਾਂ ਅੱਜ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੌਂਸਲਰ ਵੀ ਸ਼ਾਮਲ ਹੋਏ ਅਤੇ ਸਾਬਕਾ ਵਿਧਾਇਕ ਅਤੇ BJP ਦੇ ਜ਼ਿਲ੍ਹਾ ਪ੍ਰਧਾਨ ਸਰੂਪਜਾ ਸਿੰਗਲਾ ਵੱਲੋਂ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਇਸ ਮੌਕੇ ਲੋਕਾਂ ਵੱਲੋਂ ਨਗਰ ਨਿਗਮ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹਨਾਂ ਮੰਗ ਕੀਤੀ ਕਿ ਸੀਵਰ ਦੀ ਸਮੱਸਿਆ ਨੂੰ ਤੁਰੰਤ ਠੀਕ ਕੀਤਾ ਜਾਵੇ। ਦੇਖ ਲਓ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਨਗਰ ਨਿਗਮ ਦੇ ਬਾਹਰ ਦੀਆਂ, ਜਿੱਥੇ ਸਾਬਕਾ ਵਿਧਾਇਕ ਅਤੇ BJP ਦੇ ਜ਼ਿਲ੍ਹਾ ਪ੍ਰਧਾਨ ਸਰੂਪਜਾ ਸਿੰਗਲਾ ਅਤੇ ਹੋਰ ਕਾਫੀ ਸਾਰੇ ਮਹੱਲਿਆਂ ਦੇ ਕੌਂਸਲਰ ਅਤੇ ਆਪਣਾ ਕੁਝ ਮਹੱਲਿਆਂ ਦੇ ਲੋਕ ਇੱਥੇ ਧਰਨਾ ਦੇ ਰਹੇ ਹਨ ਅਤੇ ਇਹਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸੀਵਰ ਦੀ ਸਮੱਸਿਆ ਨੂੰ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਸੀਵਰ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਮੈਂ ਗੋਬਿੰਦ ਮਸੀ ਹਾਂ, ਮੇਰੇ ਮਦਰ ਵਾਰਡ ਨੰਬਰ 19 ਤੋਂ ਕੌਂਸਲਰ ਨੇ ਔਰ ਅਮਰਪੁਰਾ ਬਸਤੀ ਅਤੇ ਬੰਗੀ ਨਗਰ ਕ੍ਰਿਸ਼ਨਾ ਕਲੋਨੀ ਸਾਡੇ ਏਰੀਆ ਦੇ ਸਾਡੇ ਵਾਰਡ ਦਾ ਹਿੱਸਾ ਹੈ ਔਰ ਪਿਛਲੇ 2 ਮਹੀਨਿਆਂ ਤੋਂ ਇਹਨਾਂ ਨੂੰ ਅਸੀਂ ਕਹਿ ਕੇ ਐਕਸੀਐਨ ਸਾਹਿਬ ਨੂੰ, SDO ਨੂੰ, ਕਮਿਸ਼ਨਰ ਸਾਹਿਬ ਨੂੰ ਵੀ ਇੱਥੇ ਮਿਲ ਕੇ ਗਏ ਹਾਂ ਔਰ ਵਿਧਾਇਕ ਸਾਹਿਬ ਨੂੰ ਵੀ ਸ਼ਨੀਵਾਰ ਤੇ ਸ਼ੁੱਕਰਵਾਰ ਅਸੀਂ ਪਿਛਲੇ ਮਿਲੇ ਹਾਂ। ਸਾਰਾ ਮੱਲਾ ਨਿਵਾਸੀ ਮਿਲੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇਹਨਾਂ ਨੇ ਸਾਨੂੰ ਝੂਠਾ ਲਾਰਾ ਲਾ ਕੇ ਸਾਨੂੰ ਗੁੰਮਰਾਹ ਕੀਤਾ ਪੂਰੇ 2 ਮਹੀਨਿਆਂ ਤੋਂ ਸਾਨੂੰ ਗੁੰਮਰਾਹ ਕਰ ਰਹੇ ਆ। ਸਾਡੇ ਏਰੀਆ ਦੇ ਵਿੱਚ ਜਾ ਕੇ ਦੇਖੋ ਹਾਲ, ਬਿਮਾਰੀਆਂ ਫੈਲ ਚੁੱਕੀਆਂ ਨੇ। ਅਸੀਂ ਬਹੁਤ ਜਲਦੀ ਅਸੀਂ ਇੱਕ ਸਿਹਤ ਵਿਭਾਗ ਨੂੰ ਵੀ ਲੈਟਰ ਜਾਰੀ ਕਰਨ ਲੱਗੇ ਹਾਂ ਕਾਰਪੋਰੇਸ਼ਨ ਦੇ ਕੌਂਸਲਰ ਵੱਲੋਂ ਵੀ ਇੱਥੇ ਆ ਕੇ ਇੱਕ ਚੈੱਕ ਕੀਤਾ ਜਾਏ ਕਿ ਮਰੀਜ਼ਾਂ ਦਾ ਹਾਲ, ਬੱਚੇ ਬਿਮਾਰ ਹੋ ਚੁੱਕੇ ਆ, ਸਕੂਲ ਜਾਣ ਵਾਲੇ ਬੱਚਿਆਂ ਦਾ ਇੰਨਾ ਕੁ ਮਾੜਾ ਹਾਲ ਹੋ ਚੁੱਕਾ ਕਿ ਉਹ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਔਰ ਸਾਨੂੰ ਖੁਦ ਨੂੰ ਵੀ ਹੁਣ ਤਾਂ ਇਸ ਗੰਦੇ ਸਿਸਟਮ ਦਾ ਹਿੱਸਾ ਹੋਣ ਤੇ ਸਾਨੂੰ ਕੌਂਸਲਰ ਦੀ ਸ਼ਰਮ ਆਉਣ ਲੱਗ ਗਈ ਕਿ ਅਸੀਂ ਇਸ ਬਠਿੰਡੇ ਦੇ ਕੌਂਸਲਰ, ਬਠਿੰਡਾ ਨਗਰ ਨਿਗਮ ਦੇ ਕੌਂਸਲਰ ਆ। ਸਾਨੂੰ ਖੁਦ ਨੂੰ ਇਸ ਗੱਲ ਦੀ ਸ਼ਰਮ ਆਉਣ ਲੱਗ ਗਈ ਕਿ ਜਿੱਥੇ ਚੁਣੇ ਹੋਏ ਵਿਧਾਇਕਾਂ ਦੀ ਨਹੀਂ ਗੱਲ ਸੁਣੀ ਜਾਂਦੀ ਤਾਂ ਉੱਥੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਜਦੋਂ ਦੀ ਆਪ ਸਰਕਾਰ ਬਣੀ ਹੈ ਉਸ ਤੋਂ ਬਾਅਦ ਬਠਿੰਡੇ ਦੀ ਤਰੱਕੀ ਦਾ ਕੀ ਹੋਣੀ ਸੀ, ਬਠਿੰਡਾ ਬਦਹਾਲੀ ਦੀ ਤਰਫ ਜਾ ਰਿਹਾ ਹੈ ਔਰ ਕਿਤੇ ਸੀਵਰੇਜ ਦੀ ਸਫਾਈ ਨਹੀਂ ਹੋ ਰਹੀ, ਹਰ ਥਾਂ ਦੇ ਉੱਤੇ ਸੀਵਰ ਜਾਮ ਹੈ, ਪਾਣੀ ਦੀ ਸਪਲਾਈ ਨਹੀਂ ਹੋ ਰਹੀ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਹੈ।
ਪਰ ਕੋਈ ਵੀ ਸੁਣਵਾਈ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਲੋਕਾਂ ਦੇ ਰੌਲਾ ਪਾਉਣ ਦੇ ਬਾਅਦ ਸ਼ਿਕਾਇਤਾਂ ਕਰਨ ਲਈ ਕੋਈ ਵੀ ਇਹਦਾ ਸੁਧਾਰ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਅੱਜ ਲੋਕਾਂ ਨੇ ਜਿਹੜਾ ਹੈਗਾ ਜਿਹੜਾ ਇਹ ਧਰਨਾ ਲਾਇਆ, ਅਸੀਂ ਇਸ ਧਰਨੇ ਦਾ ਭਾਰਤੀ ਜਨਤਾ ਪਾਰਟੀ ਇਸ ਧਰਨੇ ਦਾ ਸਮਰਥਨ ਕਰਦੀ ਹੈ। ਅਸੀਂ ਮਜ਼ਬੂਰ ਕਰਾਂਗੇ ਇਸ ਸਰਕਾਰ ਨੂੰ, ਨਗਰ ਨਿਗਮ ਨੂੰ, ਤਾਂ ਕਿ ਜਿਹੜਾ ਹੈਗਾ ਉਹ ਜਿਹੜਾ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਜੋ ਉਹਨਾਂ ਦੀ ਜੋੜੀ ਬੰਦੇ ਨਿਭਾਵੇ। ਬਹੁਤ ਮਾੜੀ ਗੱਲ ਹੈ, ਇਹ ਕੋਈ ਇਹਦੇ ਵਿੱਚ ਕਿਸੇ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਹੈ ਉਹਨਾਂ ਦੀ ਪੂਰੀ ਡਿਊਟੀ ਬਣਦੀ ਲੋਕਾਂ ਦੀ ਗੱਲ ਸੁਣਨ। ਅਗਰ ਗੱਲ ਸੁਣ ਕੇ ਹੀ ਲੋਕਾਂ ਦਾ ਸੁਧਾਰ ਹੋ ਸਕਦਾ, ਅਗਰ ਕਮਿਸ਼ਨਰ ਗੱਲ ਸੁਣੇਗਾ ਤੇ ਇਹਨਾਂ ਦੇ ਇਹ ਮਤਲਬ ਇਹਨਾਂ ਨੂੰ ਵੀ ਜਿਹੜਾ ਹੈਗਾ ਜਿਹੜੇ ਰੋਸ ਪ੍ਰਦਰਸ਼ਨ ਕਰਨ ਵਾਲੇ ਹੈ ਉਹਨਾਂ ਦਾ ਭਰੋਸਾ ਵਧੂਗਾ। ਆਉਣ ਵਾਲੇ ਟਾਈਮ ਦੇ ਵਿੱਚ ਨਗਰ ਕਮਿਸ਼ਨਰ ਸਾਹਿਬ ਨੂੰ ਸਾਰੀ ਗੱਲ ਦਾ ਪਤਾ ਲੱਗੇਗਾ। ਸਾਰੇ ਕਮਿਸ਼ਨ ਨੇ ਅਜੇ ਨੀਚੇ ਨੀ ਆਏ, ਉੱਪਰ ਹੈਗੇ ਆ, ਥੱਲੇ ਨੀ ਆਏ। ਜਦੋਂ ਦੀ ਸਰਕਾਰ ਬਣੀ ਆ ਕੋਈ ਵੀ ਉਹਨਾਂ ਦੀ ਗੱਲ ਕਹੀ ਬਿਲਕੁਲ ਸਾਰੀ ਅੱਜ ਤੱਕ ਝੂਠੀ ਨਿਕਲੀ ਹੈ। ਨਸ਼ੇ ਵਧੇ ਆ, ਲਾਅ ਐਂਡ ਆਰਡਰ ਖਰਾਬ ਹੋਇਆ ਹੈ, ਲੋਕਾਂ ਦੀਆਂ ਸਹੂਲਤਾਂ ਬੰਦ ਹੋਈਆਂ, ਅੱਜ ਕਿਸੇ ਪਾਸੇ ਵੀ ਕਿਸੇ ਦੀ ਸੁਣਵਾਈ ਨਹੀਂ।